ਮੇਰੇ ਸਦਕਾ ਇੰਨੀਆਂ ਰੂਹਾਂ ਇੰਨੇ ਸਿੰਗਰ ਤੁਹਾਡੇ ਪਿੰਡ ਦੇ ਮੇਰੇ ਵਿੱਚ ਪਹੁੰਚੇ ਨੇ। ਸਾਡਾ ਬੜਾ ਵੀ ਇਕਬਾਲ ਤੇ ਨਾੜਾ ਜ਼ੋਰਦਾਰ ਤਾੜੀ ਉਹਨਾਂ ਦੇ ਨਾਮ ਤੇ। ਸੋ ਜਿਹਨਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਸੁਤੈਦ ਪੁੱਤਰ ਬਾਦ ਵੀਰ ਦਾ, ਸੋ ਅੱਗੇ ਤੋਂ ਉਮੀਦ ਕਰਦੇ ਹਾਂ ਕਿ ਅਗਲੇ ਮੇਲੇ ਤੇ ਪੂਰਾ ਸਹਿਯੋਗ ਹੋਊਗਾ ਸਾਰੇ ਪਿੰਡ ਦਾ ਬਾਈ ਦੇ ਨਾਲ, ਤੇ ਇਹ ਤੋਂ ਵੀ ਵਧੀਆ ਆਰਟਿਸਟ ਆਪਾਂ ਇਸ ਪਿੰਡ ਦੇ ਵਿੱਚ ਬੁਲਾਈਏ। ਹਾਂਜੀ ਹਾਂਜੀ, ਇਕਬਾਲ ਨੇ ਆਉਣਾ ਜੀ। ਡੂਢ ਮਹੀਨਾ ਹੋ ਗਿਆ ਪਹਿਲਾਂ ਲਾਈ ਜਾਂਦੇ, ਹੁਣ ਤੁਸੀਂ ਵੀ ਲਾਇਓ ਪੂਰਾ। ਹੈਲੋ ਹੈਲੋ ਹੈਲੋ, ਬਸ ਠੀਕ ਆ। ਲਓ ਭਰਾਓ, ਅੱਜ ਗੱਲਾਂ ਦਾ ਕਰਾਂਗੇ ਘੱਟ। ਅੱਜ ਮੈਨੂੰ ਖੁਸ਼ੀ ਬਹੁਤ ਆ, 30 ਸਾਲ ਦੀ ਮੇਰੀ ਸੁੱਖ ਸੀ ਤੇ ਅੱਜ ਪੂਰੀ ਕੀਤੀ ਪਰਮਾਤਮਾ ਨੇ 30 ਸਾਲ ਦੀ। ਹਾਂਜੀ ਹਾਂਜੀ, ਜ਼ੋਰਦਾਰ। ਹਾਂ, ਪਰ ਆਪਾਂ ਕਹਿ ਦਿੰਦੇ ਵੀ ਰੱਬ ਹੈ ਨਹੀਂ, ਮੈਂ ਕਹਿੰਦਾ ਵੀ ਰੱਬ ਹੈਗਾ, ਆਪਾਂ ਮੰਨਦੇ ਨਹੀਂ ਉਹਨੂੰ, ਉਹ ਤੋਂ ਕੰਮ ਵੀ ਨਹੀਂ ਲੈਂਦੇ, ਉਹ ਕੰਮ ਦਿੰਦਾ ਚਾਹੇ ਡੰਡੇ ਨਾਲ ਲਓ ਚਾਹੇ ਪਿਆਰ ਨਾਲ ਲਓ, ਡੰਡੇ ਨਾਲ ਵੀ ਕੰਮ ਦੇ ਦਿੰਦਾ। ਮੈਂ ਡੰਡੇ ਨਹੀਂ ਲੈਣਾ ਉਹਦੇ ਜਦੋਂ ਕੰਮ ਲੈਣਾ। ਕਰ ਜਾ ਦੋ ਮਿੰਟ, ਕਰ ਜਾ, ਇੱਕ ਮੇਰਾ ਤੇ ਇੱਕ ਆਪਣੇ ਵਾਟਰ ਬਾਕਸ ਦਾ, ਸਾਡਾ ਦੋਨਾਂ ਦਾ ਮੁਕਾਬਲਾ ਹੈ। ਵਾਟਰ ਬਾਕਸ ਕੋਲੇ ਵੀ ਕੁਛ ਨਹੀਂ ਵਿਚਾਰੇ ਕੋਲੇ, ਤੇ ਹੈ ਮੇਰੇ ਕੋਲੇ ਵੀ ਕੁਛ ਨਹੀਂ। ਸਾਡਾ ਹੌਸਲਾ ਐਡਾ, ਜਦੋਂ ਮੈਂ ਕਿਤੇ ਉਧਰ ਪੱਠੇ ਪੁੱਠੇ ਲੈਣ ਜਾਂਦਾ, ਉਹ ਮੈਨੂੰ ਸਲੂਟ ਕਰਦਾ ਹੁੰਦਾ ਵੀ ਭਰਾਵਾ ਪਰਵਾਹ ਨਾ ਮੰਨੀ, ਮੈਂ ਵੀ ਤੇਰੇ ਵਰਗਾ ਹੀ ਹਾਂ। ਤੇ ਮੈਂ ਕਹਿ ਦਿੰਦਾ ਤੂੰ ਵੀ ਨਾ ਮੰਨੀ, ਮੈਂ ਵੀ ਤੇਰੇ ਵਰਗਾ ਹੀ ਹਾਂ। ਸਾਡਾ ਦੋਹਾਂ ਦਾ ਮੁਕਾਬਲਾ ਇਹ ਨਹੀਂ ਪਤਾ ਵੀ ਜਾਂਦੇ ਜਾਂਦੇ ਨੇ ਉਹਨੇ ਇਸ ਪਿੰਡ ਦਾ ਮਾਰਕਾ ਪੱਕਾ ਕਰਕੇ ਜਾਣਾ ਕਿ ਮੈਂ ਜਾਂਦੇ ਜਾਂਦੇ ਨੇ ਇਸ ਪਿੰਡ ਨੂੰ ਚੌਂਦਾ ਕਰਕੇ ਜਾਣਾ। ਪਰ ਅੱਜ ਆਪਣਾ ਪਿੰਡ, ਮੇਰਾ ਪਿੰਡ ਆਪਦੇ ਨਾਂ ਨੂੰ ਨਹੀਂ ਚਲਾ ਰਿਹਾ। ਮੈਂ ਕਹਿੰਦਾ ਮੈਨੂੰ ਬਾਕੀਆਂ ਦਾ ਨਹੀਂ ਪਤਾ ਵੀ ਚੱਲਦਾ ਕਿ ਨਹੀਂ ਚੱਲਦਾ। ਅੱਜ ਮੇਰਾ ਪਿੰਡ ਇਹ ਕਿਸੇ ਦੀ ਹੱਕ ਤੇ ਹੱਲ ਚਲਾ ਰਿਹਾ। ਮੈਂ ਕਹਿੰਦਾ ਕਿਸੇ ਦਾ ਨਹੀਂ ਮੈਨੂੰ ਪਤਾ ਮੇਰਾ ਪਿੰਡ। ਮੈਨੂੰ ਸ਼ੱਕ ਪੈਂਦਾ ਵੀ ਜੈਤੋ ਦੇ ਵਿੱਚ ਵੀ ਐਂ ਕਹਿਣਾ ਪੈਂਦਾ ਵੀ ਮੇਰਾ ਆਕਲੀਆ ਉਹ ਆ ਜਿਹੜਾ ਚੰਦ ਭਾਂ ਦੇ ਨਾਲ ਆ, ਫਿਰ ਇਹਨੂੰ ਜਾਣਦੇ ਤੇ ਨਹੀਂ ਕੋਈ ਆਕਲੀਆ ਖਲਾਣ ਨੂੰ ਨਹੀਂ ਜਾਣਦਾ। ਕਿਉਂ ਬਾਈ ਕਿਸੇ ਭੇਰੀ, ਤੁਸੀਂ ਵੀ ਕਹਿ ਦਿੰਦੇ ਜਲਾਲ ਵਾਲਾ ਆਕਲੀਆ, ਉਹਨਾਂ ਦਾ ਕੋਈ ਜਿਗਰਗਾ ਬਣਿਆ, ਉਹਨਾਂ ਦਾ ਕੋਈ ਮਾਰਕਾ ਲੱਗਿਆ ਉਹ ਪਿੰਡਾਂ ਦਾ, ਮਾਨਸਾ ਵਾਲਾ ਆਕਲੀਆ ਉਹਦੇ ਕੋਈ ਮਾਰਕਾ ਲੱਗਿਆ, ਮੇਰੇ ਪਿੰਡ ਦੇ ਕੋਈ ਮਾਰਕਾ ਹੀ ਨਹੀਂ ਲੱਗਿਆ ਕਿਸੇ ਕੰਮ ਦਾ। ਅੱਜ ਲੱਗ ਗਿਆ ਬਾਈ, ਅੱਜ ਲਵਾਇਆ ਧੱਕੇ ਨਾਲ ਲਵਾਇਆ, ਰੱਬ ਤੋਂ ਅਰਦਾਸਾਂ ਕਰ ਕਰਕੇ ਲਵਾਇਆ ਮਸਾਂ। 30 ਸਾਲ ਹੋ ਗਏ ਸੀ ਮੇਰਾ ਨਿਸ਼ਾਨਾ ਬੰਨੇ ਨੂੰ ਵੀ, ਕਿਤੇ ਮੇਰਾ ਪਿੰਡ ਵੀ ਟੀਵੀ 'ਤੇ ਆਊਗਾ, ਕਿਤੇ ਯਾਰ ਮੇਰਾ ਪਿੰਡ ਵੀ ਚੈਨਲ 'ਤੇ ਆਊਗਾ, ਕਿਤੇ ਵੀ ਨਹੀਂ ਵੇਖਿਆ ਮੈਂ ਤਾਂ। ਅੱਜ ਪਰਮਾਤਮਾ ਨੇ ਸੁਣੀਆ, ਹੁਣ ਮੈਂ ਕਹਿੰਦਾ ਵੀ ਲਾਈਟ ਵੀ ਵਾਹਵਾ ਦੇਵੇ ਤੇ ਪਰਮਾਤਮਾ ਅੰਬਰ ਵੀ ਸਾਫ਼ ਰੱਖੇ ਕਿ ਜਿੱਥੇ ਚੱਲੇ ਉੱਥੇ ਮੇਰੇ ਪਿੰਡ ਨੂੰ ਘਰ ਘਰ ਵੇਖਣ, ਘਰ ਘਰ ਵਧਾਂਗਾ ਮਿਲਣ, ਹੈ ਨਾ।
ਜਲੰਧਰ ਦੂਰਸ਼ਨ ਸੀ ਮੇਰਾ ਵੀ ਸ਼ੌਕ ਪੂਰਾ ਹੋ ਗਿਆ ਜੀ ਤੇ ਬਸ ਹੁਣ ਲਓ ਆਪਾਂ ਗੱਲਾਂ ਤਾਂ ਨਹੀਂ ਬਾਹਲੀਆਂ ਕਰਦੇ ਹੁਣ ਆਪਾਂ ਸੇਵਾ ਕਰਾਂਗੇ ਜਿੰਨੀ ਕੋਈ ਸੇਵਾ ਕਰੀਆ ਤਾਂ ਮੈਂ ਬਹੁਤ ਰੋ ਗਿਆ ਪਰ ਮੇਰਾ ਮਨ ਨਹੀਂ ਸੀ ਪਿਆ ਅੱਜ ਮੈਨੂੰ ਮੇਰੀ ਸੱਚਾਈ ਦਾ ਮੇਰੀ ਕਲਾ ਦਾ ਮੇਰੀ ਮਿਹਨਤ ਦਾ ਮੈਨੂੰ ਪਤਾ ਲੱਗ ਗਿਆ ਮੈਂ ਵਾਕਈ ਮਿਹਨਤ ਕੀਤੀ ਆ ਕਿਉਂ ਦੋਹਾਂ ਪਿੰਡਾਂ ਦਾ ਮੈਂ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰ ਹਾਂ ਬਹੁਤ ਮੈਨੂੰ ਪਿਆਰਾ ਸਹਿਯੋਗ ਦਿੱਤਾ ਬਹੁਤ ਹੀ ਜ਼ਿਆਦਾ ਮੈਂ ਧੰਨਵਾਦ ਕਰ ਸਕਦਾ ਇਕੱਲੇ ਇਕੱਲੇ ਬੰਦੇ ਦਾ ਤਾਂ ਤੁਹਾਨੂੰ ਪਤਾ ਹੀ ਮੈਂ ਅਨਪੜ੍ਹ ਬੰਦਾ ਨਹੀਂ ਪੜ੍ਹਨਾ ਆਉਂਦਾ ਤੇ ਨਾਮ ਵੀ ਨਹੀਂ ਲਿਆ ਜਾਣਾ ਫਿਰ ਮੈਂ ਉਲਝ ਜੂੰਗਾ ਕਾਪੀ ਵੀ ਹੈ ਨਹੀਂ ਤੇ ਮੇਰੇ ਕੋਲ ਅੱਜ ਦੂਜੀ ਮੇਰੀ ਕਾਪੀ ਵੀ ਹੈ ਨਹੀਂਗੀ ਰਾਹ ਚ ਪਕੜੀ ਗਈ ਡੀਟਕੋ ਸਾਹਿਬ ਨੇ ਗੱਡੀ ਦਾ ਚਲਾਨ ਕੱਟਤਾ ਇਹ ਕਲਾਕ ਗਾਉਣ ਵਾਲੀਆਂ ਇਹੋ ਜਿਹੀ ਹੁੰਦੀਆਂ ਭਰਾਵਾਂ ਵਾਲਾ ਕਰਕੇ ਮੁੱਕਰ ਜਾਂਦੀ ਉਹ ਪੈਸੇ ਪਾ ਕੇ ਮੁੱਕਰ ਗਈ ਅੱਜ ਕਹਿੰਦੀ ਨਾਨੀ ਮਰ ਗਈ ਮਖਾ ਤੇਰੀ ਨਹੀਂ ਮਰੀ ਨਾਲ ਮੇਰੀ ਵੀ ਮਰ ਗਈ ਮਖਾ ਨਹੀਂ ਅੱਜ ਆਉਣੀ ਸੀ ਭਰਾਵਾ ਨਾਲ ਉਹਦੀ ਨਾਨੀ ਮਰ ਗਈ ਅੱਜ ਨਹੀਂ ਅੱਜ ਮੈਂ ਕੱਲਾ ਨਹੀਂ ਸੀ ਖੜਦਾ ਕਿਤੇ ਕਿਤੇ ਤਾਂ ਦੰਦ ਖੱਟੇ ਹੋ ਜਾਂਦੇ ਵੀ ਕੀ ਲੈਣਾ ਗਾ ਕੇ ਯਾਰ ਪਹਿਲਾਂ ਉਹਨਾਂ ਨੇ ਮਿੰਨਤਾਂ ਕਰੀ ਦੀਆਂ ਫਿਰ ਭਾਜੀ ਪੈਸੇ ਪਾ ਦੇਈਦੇ ਆ ਤੇ ਫਿਰ ਭਾਜੀ ਨੂੰ ਉੱਥੇ ਪਤਾ ਲੱਗਦਾ ਜਿਹਦੇ ਮੌਕੇ ਤੇ ਕਹਿੰਦੇ ਸੀ ਨਾਨੀ ਮਰ ਗਈ ਹਾਂਜੀ ਵਨ ਟੂ Thank you.
ਅਸੀਂ ਰੰਗਣਾ ਤੈਥੋਂ ਪਾਰ ਛੋਟਾ ਛੋਟਾ ਪਿੱਛੇ ਰਹਿ ਗਿਆ ਰੂਹਦਾਰੀ ਦੀ ਗੱਲ ਸਟੇਜ ਖਾਲੀ ਕਰਾ ਲਾ ਸੌੜੀ
ਹੁਣ ਕਰਦੇ ਆਪਾਂ ਖੱਤਰ ਭੰਡਾਰ। ਲੋ ਜੀ ਕਹਿੰਦੇ ਆ ਵੀ ਵੈਲੀ ਤੇ ਖਿਡਾਰੀ ਤੇ ਵੈਸੇ ਦਾ ਪਿੰਡ ਦਾ ਢੱਠਾ ਝੋਟਾ ਜੋ ਵੀ ਲਾ ਲਓ ਇਹ ਪਿੰਡ ਦੇ ਸੰਯੋਗ ਨਾਲ ਹੀ ਬਚਦੇ ਹੁੰਦੇ ਹਨ ਤੇ ਜੇ ਪਿੰਡ ਦਾ ਕਰੋਪ ਹੋ ਜਾਏ ਤੇ ਫਿਰ ਵੱਡੇ ਵੱਡੇ ਲੀਡਰਾਂ ਦੀ ਵੀ ਗੋਡੀ ਲਵਾ ਦਿੰਦੇ ਆ ਤੇ ਨਾਲੇ ਲੀਡਰ ਨੂੰ ਸਿੱਟਣ ਦਾ ਬਾਹਲੀ ਸੌਖੀ ਜੀ ਗੱਲ ਨਹੀਂ ਹੁੰਦੀ ਆ। ਗੱਲ ਕਰਦੇ ਹੁਣ ਵੀ ਕੈਦੀਆਂ ਬਾਰੇ ਗੱਲ ਕਰਦੇ ਆ ਆਪਾਂ ਕਹਿ ਦਿੰਦੇ ਹਾਂ ਫਲਾਣੇ ਨੇ ਜੇਲ੍ਹ ਕੱਟੀ ਤੇ ਉਹਨੂੰ ਹਰ ਇੱਕ ਚੀਜ਼ ਦਾ ਪਤਾ ਵਾਕਈ ਪਤਾ ਹੁੰਦਾ। ਹੁਣ ਇਸ ਤੋਂ ਬਾਅਦ ਆਪਾਂ ਗੀਤ ਰਾਹੀਂ ਦੱਸ ਦਿਆਂਗੇ ਤੇ ਬਾਕੀ ਤੁਸੀਂ ਸੋਚ ਕੇ ਵੇਖ ਲਿਓ ਕੀ ਗਾਇਆ। ਹੋ ਕੈਦੀਆਂ ਨੂੰ ਪਤਾ ਹੁੰਦਾ ਹਰ ਗੱਲ ਦਾ ਥਾਣਿਆਂ ਕਚਹਿਰੀਆਂ ਚ ਕੀ ਚੱਲਦਾ ਪੂਰਾ ਵਾਰ ਹੈ ਘੋੜੀ ਨੂੰ
ਆਸ਼ਿਕਾਂ ਨੂੰ ਤੰਗ ਕਰੇ ਯਾਦ ਪਿਆਰ ਦੀ, ਆਸ਼ਿਕਾਂ ਨੂੰ ਤੰਗ ਕਰੇ ਯਾਦ ਪਿਆਰ ਦੀ, ਪਹਿਲੀ ਤੇ ਖਿਡਾਰੀ ਨੂੰ ਜਨਾਨੀ ਮਾਰਦੀ, ਪਹਿਲੀ ਤੇ ਖਿਡਾਰੀ ਨੂੰ ਜਨਾਨੀ ਮਾਰਦੀ। ਦਿਲਤਾ ਨਿਤ ਮਰਦੇ ਸੂਰਮੇ ਦਾ ਕੰਮ ਇੱਕ ਦਿਨ ਮਰਨਾ, ਦਿਲਤਾ ਨਿਤ ਮਰਦੇ ਸੂਰਮੇ ਦਾ ਕੰਮ ਇੱਕ ਦਿਨ ਮਰਨਾ, ਕੁਝ ਦਿਲਤਾ ਨਿਤ ਮਰਦੇ ਸੂਰਮੇ ਦਾ ਕੰਮ ਇੱਕ ਦਿਨ ਮਰਨਾ, ਚੱਚਾ ਕਹੇ ਸ਼ਰੀਕਾਂ ਤੋਂ ਮੈਂ ਨੀ ਡਰਨਾ ਮੈਂ ਨੀ ਡਰਨਾ, ਸੱਚ ਕਹੇ ਦੁਸ਼ਮਣਾਂ ਤੋਂ ਔਰ ਨੀ ਡਰਨਾ ਮੈਂ ਨੀ ਡਰਨਾ, ਮਰਦੇ ਸੂਰਮੇ ਦਾ ਕੰਮ ਇੱਕ ਦਿਨ ਮਰਨਾ, ਸੱਚ ਕਹੇ ਸ਼ਰੀਕਾਂ ਤੋਂ ਮੈਂ ਨੀ ਡਰਨਾ ਮੈਂ ਨੀ ਡਰਨਾ, ਚੱਚਾ ਕਹੇ ਦੁਸ਼ਮਣਾਂ ਤੋਂ ਹੁਣ ਨੀ ਡਰਨਾ ਮੈਂ ਨੀ ਡਰਨਾ। ਕਰ
ਸਨਮਾਨ ਦੇ ਲਈ ਬੇਨਤੀ ਕਰਦੇ ਹਾਂ ਮੰਗਤ ਮੰਗੂ ਜੀ ਉਹ ਵੀ ਸਟੇਜ ਦੇ ਨੇੜੇ ਪਹੁੰਚ ਜਾਣ ਬਾਈ ਕਿੰਦਾ ਕਲੀਆ ਉਹ ਵੀ ਸਟੇਜ ਦੇ ਨੇੜੇ ਪਹੁੰਚ ਜਾਣ ਬਿਰਕ ਸਾਹਿਬ ਆ ਗਏ ਜੀ ਸੁੱਖੀ ਜੀ ਸੁੱਖੀ ਧਾਲੀਆ ਗੀਤਕਾਰ ਸੁੱਖੀ ਧਾਲੀਆ ਗੀਤਕਾਰ ਉਹ ਵੀ ਸਟੇਜ ਤੇ ਆ ਜਾਓ ਜਲਦੀ ਤੋਂ ਜਲਦੀ ਸੋ ਕੁਲਦੀਪ ਰਥਾਣਾ ਜੀ ਹਲ 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 ਬੜੀ ਬਾਤ ਹਲ 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 ਸੋ ਸਭ ਤੋਂ ਪਹਿਲਾਂ ਮੈਂ ਮਾਲਵਾ ਨੰਬਰ ਵਨ ਚੈਨਲ ਦੀ ਸਾਰੀ ਟੀਮ ਵੱਲੋਂ ਬੇਨਤੀ ਕਰਦਾ ਕਿ ਬਾਈ ਇਕਬਾਲ ਰਾਣਾ ਜੀ ਨੂੰ ਸਨਮਾਨ ਥੈਂਕ ਯੂ ਮਿਹਰਬਾਨੀ ਤਾੜੀ ਲਾ ਦਿਆ ਜਦੋਂ ਸਨਮਾਨ ਕੀਤਾ ਜਾਂਦਾ ਔਰ ਇਸ ਤੋਂ ਸਨਮਾਨ ਤੋਂ ਬਾਅਦ ਵੀ ਬਹੁਤ ਕਲਾਕਾਰ ਅੱਛੇ ਅੱਛੇ ਪਏ ਉਹਨਾਂ ਨੂੰ ਸੁਣ ਕੇ ਜਾਇਓ ਇਹ ਕੰਮ ਕਰਦੇ ਹੈ ਕੋਈ ਸੌਖੀ ਗੱਲ ਨਹੀਂ ਹੁੰਦੀ ਸੋ ਜਗਦੀਪ ਵਿਰਕ ਸਾਹਿਬ ਮਿਹਰਬਾਨੀ ਸ਼ੁਕਰੀਆ ਇਸ ਤੋਂ ਅੱਗੇ ਸੁੱਖੀ ਧਾਲੀਵਾਲ ਜੀ ਕੁਲਦੀਪ ਰਥਾਣਾ ਜੀ ਮਾਲਵਾ ਨੰਬਰ ਵਨ ਚੈਨਲ ਵਾਲੇ ਕੁਲਦੀਪ ਰਥਾਣਾ ਜੀ ਕੁਲਦੀਪ ਰਥਾਣਾ ਜੀ ਸਾਡੇ ਪ੍ਰੋਡਿਊਸਰ ਸਾਹਿਬ ਇਹਨਾਂ ਨੇ ਇੱਕ ਬਹੁਤ ਵੱਡਾ ਉਦਮ ਕੀਤਾ ਟੀਮ ਬਣਾਈ ਹੈ ਕਿ ਜੋ ਪਹਿਲਾਂ ਵਾਲਾ ਪੰਜਾਬ ਹੁੰਦਾ ਸੀ ਜਿਹਦੇ ਵਿੱਚ ਮੇਲੇ ਲੱਗਦੇ ਸੀ ਅਖਾੜੇ ਲੱਗਦੇ ਹੁੰਦੇ ਸੀ
ਉਹ ਚੀਜ਼ ਨੂੰ ਦੁਬਾਰਾ ਅਸੀਂ ਸ਼ੁਰੂ ਕੀਤਾ ਮਾਲਵਾ ਨੰਬਰ ਦੀ ਸਾਰੀ ਟੀਮ ਔਰ ਅਲੱਗ ਅਲੱਗ ਪਿੰਡਾਂ ਦੀਆਂ ਜੋ ਪੰਚਾਇਤਾਂ ਹੈ ਉਹਨਾਂ ਤੋਂ ਅਸੀਂ ਸਹਿਯੋਗ ਲੈ ਕੇ ਇਹ ਮੇਲਾ ਦਾ ਜੋ ਉਪਰਾਲਾ ਕਰ ਰਹੇ ਹਾਂ ਸੋ ਦੋਸਤੋ ਕਹਿਣਾ ਬੜਾ ਸੌਖਾ ਹੁੰਦਾ ਜਾਂ ਕਿਸੇ ਨੂੰ ਮਿਹਣਾ ਜਿਹਾ ਮਾਰਨਾ ਬਹੁਤ ਸੌਖਾ ਹੁੰਦਾ ਪਰ ਇਹ ਚੀਜ਼ਾਂ ਕਰਵਾਉਣੀਆਂ ਬਹੁਤ ਔਖੀਆਂ ਕੁਮਾਰ ਲਮਾਣਾ ਜੀ ਨੇ ਸੁੱਖੀ ਧਾਲੀਵਾਲ ਕਿੰਦਾ ਬਾਈ ਔਰ ਤੁਹਾਡੇ ਸਾਰੇ ਪਿੰਡ ਨੇ ਇੱਕ ਮਹੀਨੇ ਤੋਂ ਸਾਨੂੰ ਸਹਿਯੋਗ ਦਿੱਤਾ ਔਰ ਅਸੀਂ ਵੀ ਇੱਕ ਮਹੀਨੇ ਤੋਂ ਸਾਡਾ ਸਾਰਾ ਧਿਆਨ ਤੁਹਾਡੇ ਵੱਲ ਸੀ ਕਿਸੇ ਲਈ ਇੱਕ ਦਿਨ ਦਾ ਕੰਮ ਛੱਡਣਾ ਬਹੁਤ ਔਖਾ ਹੁੰਦਾ ਪਰ ਬਾਈ ਨੇ ਔਰ ਇਹਨਾਂ ਦੀ ਸਾਰੀ ਸਮੁੱਚੀ ਟੀਮ ਨੇ ਨਗਰ ਨਿਵਾਸੀਆਂ ਨੇ ਇੱਕ ਮਹੀਨੇ ਤੋਂ ਹੋਏ ਸਹਿਯੋਗ ਦੇ ਰਹੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਇਹ ਨਗਰ ਹਮੇਸ਼ਾ ਸ਼ਰਤੀਆਂ ਕਲੱਬ ਰਵੇ ਏਕਤਾ ਥਵਾਕ ਬਣਿਆ ਰਵੇ ਜਿਹੜੀਆਂ ਸਾਡੇ ਚ ਧੜੇ ਬੰਦੀਆਂ ਦੀਆਂ ਹੁੰਦੀਆਂ ਸੀ ਪਹਿਲਾਂ ਉਹ ਅਸੀਂ ਇਹੀ ਅਪਣਾ ਕੀਤਾ ਕਿ ਉਹ ਚੀਜ਼ਾਂ ਇਹਦੇ ਨਾਲ ਖਤਮ ਹੋ ਜਾਣ ਪਹਿਲਾਂ ਵਾਲਾ ਪੰਜਾਬ ਫਿਰ ਸਾਡਾ ਦੁਬਾਰਾ ਬਣ ਗਿਆ ਸੋ ਅੱਗੇ ਸੁੱਕੀ ਧਾਲੀਵਾਲ ਜੀ ਹੈਗੇ ਆ ਕੁਲਦੀਪ ਨਥਾਣਾ ਜੀ ਦਾ ਸਨਮਾਨ ਕਿੰਦਾ ਬਾਈ ਜੀ ਦਾ ਕਿੰਦਾ ਅਟਲੀਆ ਜੀ ਦਾ ਸਨਮਾਨ ਕੁਲਦੀਪ ਨਥਾਣਾ ਜੀ ਔਰ ਡਾਕਟਰ ਜੈਪਾਲ ਜੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਸਨਮਾਨ ਕਰੋ ਬਹੁਤ ਬਹੁਤ ਮਿਹਰਬਾਨੀ ਜੀ ਡਾਕਟਰ ਜੈਪਾਲ ਜੀ ਇਹਨਾਂ ਬਾਰੇ ਥੋੜ੍ਹਾ ਜਿਹਾ ਦੱਸਦੇ ਆ ਕਈ ਵਾਰ ਹੁੰਦਾ ਪਤਾ ਨਹੀਂ ਉਹੀ ਲੰਜੂ ਪੰਜੂ ਉੱਠ ਕੇ ਮੇਲੇ ਕਰਾਉਣ ਲੱਗ ਗਏ ਡਾਕਟਰ ਸਾਹਿਬ ਹੋਮਿਓਪੈਥੀ ਦੇ MBBS ਔਰ ਕੁਲਦੀਪ ਨਥਾਣਾ ਜੀ ਬਹੁਤ ਪੜ੍ਹੇ ਲਿਖੇ ਇਹਨਾਂ ਨੇ ਡਿਗਰੀ ਕੀਤੀ ਹੋਈ ਆ ਸੋ ਆਪਣੀ ਮੂੰਹ ਆਪਣੀ ਪ੍ਰਸ਼ੰਸਾ ਜੀ ਕਰਨੀ ਮਾੜੀ ਗੱਲ ਹੁੰਦੀ ਆ ਮੈਂ ਇਲੈਕਟ੍ਰੀਕਲ ਇੰਜੀਨੀਅਰਿੰਗ ਔਰ MA ਮਿਊਜ਼ਿਕ ਵੋਕਲ ਔਰ 17-18 ਸਾਲ ਤੋਂ ਮਿਊਜ਼ਿਕ ਲੈਕਚਰਾਰ ਵਜੋਂ ਸੇਵਾ ਨਿਭਾ ਰਿਹਾ ਸੋ ਸਾਡੀ ਇੱਕ ਇਹ ਜਿਹੜਾ ਡਿਊਟੀ ਲਾਈ ਆ ਯਾਰ ਇਹ ਜ਼ਿੰਦਗੀ ਦੀ ਪਤਾ ਨਹੀਂ ਕਿੱਦੇ ਕਿਹਦੀ ਖਤਮ ਹੋ ਜਾਣੀ ਹੈ ਸਾਡੇ ਆਪਣਾ ਮਾਣ ਵਿੜਾਊ ਇੱਥੇ ਹੀ ਰਹਿ ਜਾਣੇ ਆ ਮਿੰਟ 'ਚ ਖਤਮ ਹੋ ਜਾਂਦੇ ਜਦੋਂ ਹਵਾ 'ਚ ਨਿਕਲ ਜਾਂਦੀ ਆ ਪਰ ਐਸੀ ਕਰਨੀ ਕਰ ਚੱਲੇ ਹਮ ਹੱਸੇ ਜਗਰੋ ਇੱਕ ਉਹ ਸਾਡੇ ਮਨ ਦੇ ਵਿੱਚ ਟਾਰਗੇਟ ਹੈ ਕਿ ਜਿਸ ਦਿਨ ਇਸ ਦੁਨੀਆ ਤੋਂ ਜਾਈਏ ਉੱਥੇ ਅਸੀਂ ਹੱਸੀਏ ਕਿ ਕੁਝ ਕਰਕੇ ਗਏ ਹਾਂ ਤੇ ਦੁਨੀਆ ਰੋ ਸੋ ਦੋਸਤੋ ਕੋਈ ਉੱਚੀ ਨੀਵੀਂ ਗੱਲ ਬੋਲੀ ਗਈ ਹੋਵੇ ਤਾਂ ਮਾਫ਼ ਜ਼ਰੂਰ ਕਰਨਾ ਯਾਰ ਕਈ ਵਾਰ ਬੋਲਿਆ ਜਾਂਦਾ ਸਰ ਠੀਕ ਠੀਕ ਸੋ ਅੱਗੇ ਕੁਲਦੀਪ ਨਥਾਣਾ ਜੀ ਦਾ ਸਨਮਾਨ ਹੋ ਗਿਆ ਡਾਕਟਰ ਜੈਪਾਲ ਸਾਹਿਬ ਡਾਕਟਰ ਸਾਹਿਬ ਇੱਕ ਇਹਨਾਂ ਦਾ ਸ਼ੌਂਕ ਆ ਬਹੁਤ ਅੱਛੇ ਡਾਕਟਰ MBBS ਇਲੈਕਟਰ ਹੋਮਿਓਪੈਥੀ ਦੇ ਡਾਕਟਰ ਬਹੁਤ ਪੜ੍ਹੇ ਲਿਖੇ ਸੋ ਡਾਕਟਰ ਸਾਹਿਬ ਦਾ ਸਨਮਾਨ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਜੋੜੀ ਦਾ ਵੀ ਸਨਮਾਨ ਹਾਂਜੀ ਜੋੜੀ ਸਾਹਿਬ ਆ ਜਾਓ ਜੀ ਹਰਮਨ ਜੀ ਹਰੀ ਹਰਮਨ ਜੀ ਔਰ ਸਾਡੇ ਭੈਣ ਜੀ ਇਹਨਾਂ ਨੇ ਗਗਨ ਜੋਰ ਬਹੁਤ ਅੱਛਾ ਇਹਨਾਂ ਨੇ ਗਾਇਆ ਹੈ ਔਰ ਬੜਾ ਸਵਾਦ ਆਉਂਦਾ ਜਦੋਂ ਕਹਿੰਦੇ ਚੌਥੇ ਤੋਂ ਪੈਰ ਵੀ ਰੱਖ ਲਾ ਇਹ ਗੱਲਾਂ ਹੀ ਆ ਕਹਿਣੀਆਂ ਜਾਇਓ ਨਾ ਇਹਨਾਂ ਤੋਂ ਹੋਰ ਵੀ ਸੁਣਾਂਗੇ ਆਪਾਂ ਬਹੁਤ ਖੁਸ਼ੀ ਹੁੰਦੀ ਆ ਉਦੋਂ ਪਤਾ ਲੱਗਦਾ ਕਿ ਵਾਕਈ ਯਾਰ ਕਲਾਕਾਰ ਸਿੱਖ ਕੇ ਕਲਾਕਾਰ ਬਣੇ ਓਕੇ ਓਕੇ ਗਮਦੂਰ ਹਾਂਸ ਮਿਊਜ਼ਿਕ ਗਰੁੱਪ ਉਹਨਾਂ ਦੇ ਵੀ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਵੀ ਇਹ ਸਾਰੇ ਵੀਰ ਇਹ ਨਹੀਂ ਕਿ ਪੈਸਿਆਂ ਲਈ ਆਉਂਦੇ ਆ ਸਾਰੇ ਸ਼ੌਂਕ ਦੀ ਪੱਟੇ ਆ ਔਰ ਸੱਭਿਆਚਾਰ ਦੀ ਵਾਕਈ ਸੇਵਾ ਕਰ ਰਹੇ ਆ ਬਹੁਤ ਅੱਛਾ ਮਿਊਜ਼ਿਕ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਬਾਈ ਜੀ ਕੀਬੋਰਡ ਪਲੇ ਕਰਦੇ ਆ ਔਰ ਮਿਊਜ਼ਿਕ ਟੀਚਰ ਵੀ ਹੈ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਜੀ
ਸੋ ਸਾਡੇ ਬੜੇ ਵੀਰ ਗੁਰਸੇਵ ਢੋਲੀਆ ਜੀ ਮਿਊਜ਼ਿਕ ਟੀਚਰ ਵੀ ਨੇ, ਮਿਊਜ਼ਿਕ ਡਾਇਰੈਕਟਰ ਵੀ ਨੇ ਔਰ ਬਾ ਕਮਾਲ ਗਾਇਕ ਵੀ ਆ। ਸੋ ਉਹਨਾਂ ਦਾ ਸਨਮਾਨ ਗੁਰਸੇਵ ਢੋਲੀਆ ਜੀ। ਸੋ ਜੋ ਸਾਡੀ ਟੀਮ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਸਾਡੇ ਉਪਰਾਲੇ ਦੇ ਵਿੱਚ ਆਪਣੇ ਹਰ ਕਦਮ ਨੂੰ ਸਾਡੇ ਨਾਲ ਜੋੜ ਕੇ ਚੱਲਦੇ ਨੇ। ਸੋ ਬਹੁਤ ਬਹੁਤ ਧੰਨਵਾਦ ਜੀ। ਸੋ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀ ਅਸੀਂ ਮੇਲਿਆਂ ਦੀ ਸ਼ੁਰੂਆਤ ਮਾਲਵੇ ਦੀ ਧਰਤੀ ਤੋਂ ਪਹਿਲਾਂ ਵਾਲਾ ਪੰਜਾਬ ਸਿਰਜਣ ਦੀ ਕੋਸ਼ਿਸ਼ ਕੀਤੀ ਆ। ਸੋ ਉਹਨਾਂ ਵਿੱਚ ਗੁਰਸੇਵ ਢੋਲੀਆ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਆ। ਸੋ ਸਦਾ ਵੀਰ ਹੈਰੀ ਹਰਮਨ ਜੀ, ਗੁਰਸੇਵ ਢੋਲੀਆ ਜੀ, ਸੋ ਬਹੁਤ ਬਹੁਤ ਧੰਨਵਾਦ ਜੀ। ਸਮੇਂ ਆਕਲੀਆ ਕਲਾ ਦੇ ਜਿੰਨੇ ਵੀ ਨਿਵਾਸੀ ਸੱਜਣਾ, ਸੋ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਅੱਗੇ ਤੋਂ ਜਿਹੜਾ ਮੇਲਾ ਹੋਵੇ ਇਹ ਤੋਂ ਵੀ ਧੂਮ ਧਾਮ ਦੇ ਨਾਲ ਹੋਵੇ। ਜੋ ਵੀ ਤੁਹਾਡੇ ਕਲੱਬ ਬਣੇ ਨੇ ਜਾਂ ਕਮੇਟੀਆਂ ਬਣੀਆਂ, ਸੋ ਉਹਨਾਂ ਦੇ ਸਹਿਯੋਗ ਦੇ ਨਾਲ ਪਾਰਟੀਬਾਜ਼ੀ ਤੋਂ ਉੱਠ ਕੇ ਆਪਾਂ ਇੱਕ ਪਿੰਡ ਦੇ ਲਈ ਸੱਭਿਆਚਾਰਕ ਮੇਲਿਆਂ ਦਾ ਆਗਾਜ਼ ਕਰੀਏ। ਸੋ ਜੋ ਵੀ ਸਾਡੇ ਪੁਰਾਣੇ ਬਜ਼ੁਰਗ ਨੇ ਜਾਂ ਸਾਡੇ ਸਤਿਕਾਰਯੋਗ ਜਿਨ੍ਹਾਂ ਨੇ ਵੀ ਕਿਸੇ ਵੀ ਕੰਮ ਦੇ ਵਿੱਚ ਮੱਲਾਂ ਮਾਰੀਆਂ, ਸੋ ਉਹਨਾਂ ਦੀਆਂ ਯਾਦਾਂ ਦੇ ਵਿੱਚ ਔਰ ਜਿਹੜੇ ਵੀ ਸਾਡੇ ਹੋਣਹਾਰ ਬੱਚੇ ਨੇ ਜਿਨ੍ਹਾਂ ਨੇ ਕਿਸੇ ਵੀ ਚੀਜ਼ ਦੇ ਵਿੱਚ ਟੌਪ ਕੀਤਾ, ਸੋ ਉਹਨਾਂ ਨੂੰ ਆਪਾਂ ਐਪਰੀਸ਼ੀਏਟ ਕਰੀਏ ਅੱਗੇ ਤੋਂ ਜਿਹੜਾ ਮੇਲਾ ਹੋਵੇ। ਸੋ ਮੈਂ ਸਾਰੇ ਹੀ ਵੀਰਾਂ ਨੂੰ ਪ੍ਰਬੰਧਕ ਸੱਜਣਾਂ ਨੂੰ ਬੇਨਤੀ ਕਰਾਂਗਾ ਇਸ ਤਰ੍ਹਾਂ ਦੇ ਉਪਰਾਲੇ ਕਰੀਏ ਕਿ ਇਸ ਤਰ੍ਹਾਂ ਬੱਚਿਆਂ ਦੇ ਨਾਲ ਹੌਸਲਾ ਅਫਜਾਈ, ਸੋ ਉਹਨਾਂ ਦੇ ਵਾਧਾ ਹੁੰਦਾ ਤੇ ਨਸ਼ਿਆਂ ਦੀ ਦਲਦਲ ਤੋਂ ਦੂਰ ਹੁੰਦੇ ਨੇ। ਸੋ ਬਹੁਤ ਬਹੁਤ ਧੰਨਵਾਦ। ਔਰ ਲਾਸਟ ਦੇ ਵਿੱਚ ਜੋੜੀ ਬੈਠੀ ਆ, ਆਪਾਂ ਉਹਨਾਂ ਨੂੰ ਸੁਣ ਕੇ ਜਾਣਾ। ਸੋ ਉਸ ਤੋਂ ਪਹਿਲਾਂ ਸਾਡਾ ਬਹੁਤ ਹੀ ਪਿਆਰਾ ਵੀਰ ਸੈਂਡੀ ਗੈਰੀ ਗੈਰੀ ਸੈਂਡੀ ਗੈਰੀ ਗੈਰੀ ਜਿਨ੍ਹਾਂ ਨੇ ਸਿੱਧੂ ਮੂਸੇ ਵਾਲੇ ਦੀ ਡਿਮਾਂਡ ਕਰੀ ਸੀ ਔਰ ਸਾਡਾ ਵੀਰ ਸੁੱਖੀ ਧਾਲੀਵਾਲ ਇੱਕ ਵਾਰੀ ਮੰਚ ਤੇ ਆਉਂਦੇ ਹੋ। ਸੋ ਸਾਡੇ ਵੀਰ ਸੁੱਖੀ ਧਾਲੀਵਾਲ ਦਾ ਸਨਮਾਨ ਗੁਰਸੇਵ ਢੋਲੀਆ ਜੀ, ਕੁਲਦੀਪ ਸਾੜਾ ਮਾਲਵਾ ਨੰਬਰ 1 ਚੈਨਲ ਬਿਰਕ ਸਾਹਿਬ ਸੋਨਾ ਵੱਲੋਂ ਹਰਮੇਸ਼ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਜਿਹਨੇ ਵੀ ਡਿਮਾਂਡ ਕਰੀ ਸੀਗੀ ਕੋਲੀਆ ਸਾਹਿਬ ਨੂੰ ਕਿ ਮੂਸੇ ਵਾਲੇ ਦਾ ਗਾਣਾ, ਸੋ ਉਹਨਾਂ ਦੀ ਡਿਮਾਂਡ ਤੇ ਬਾਈ ਸੈਂਡੀ ਗੈਰੀ ਜੀ ਨੇ ਥੋੜੇ ਸਮੇਂ ਦੇ ਵਿੱਚ ਗਾਣਾ ਯਾਦ ਕਰਕੇ ਤੁਹਾਡੇ ਰੂਪ ਨੂੰ ਪੇਸ਼ ਕਰਨਗੇ, ਕਿਉਂਕਿ ਸਰੋਤਿਆਂ ਦੀ ਡਿਮਾਂਡ ਸਿਰ ਮੱਥੇ ਆ। ਸੋ ਹਾਂਜੀ ਸੈਂਡੀ ਫਿਰ ਰੌਣਕਾਂ ਲੱਗਣ। ਸੋ ਇਕਬਾਲ ਨਿਮਾਣਾ ਵੀਰ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਦੀ ਬਦੌਲਤ ਇੰਨੀਆਂ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਵਾਹ ਜੀ ਵਾਹ ਜੀ।
ਬਹੁਤ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਦਾ। ਪਾਪਾ ਵੀ ਆ ਗਿਆ।